रिश्तियां नु तार तार करता हुआ ताजा मामला सामने आया फगवाड़ा दे गुलाबगढ़ तो जिथे की नशेड़ी पुत ने बेशर्मी दिया सारिया हदा पार कर दितिया। उसके बाप दिया दोवे किडनिया फेल ने पर फिर भी इस नशेड़ी पुत दे बलो हद तो वध बदसलूकी कीती जांदी है अपने बाप दे नाल। हालांकि बाप दे वलो इस नु बेदखल कर दिता गया है पर फिर भी बीते कल ए जो लड़का है घर दे अंदर दाखिल हो जांदा है जबरदस्ती, जिस तो बाद बाप दे वलो इस नु रोकन दी कोशिश कीती जांदी है पर ए जो नौजवान है इको फोन कॉल लगा के 30-35 गुंडे बुला लेंदा है, जिस तो बाद उन्हां दे वलो पूरे घर दा नक्शा बिगाड़ दिता जांदा है, ताकिया दरवाजे तोड़ दिते जांदे ने, कार तोड़ दिती जांदी है, बुरी तरह दे नाल घर दे विच बढ़ के काफी ज्यादा नुकसान किया जाता है। इस मौके ते जदो उस पीड़ित शख्स दे नाल गलबात कीती गई उन्होंने जानकारी सांझी करदे कहा कि उन्हां दा बेटा काफी सालां तो नशे दा आदि है, फरीदकोट जेल दे विच उसनूं काफी समा ओ सजा कट के आया है, उस तो बाद जिवें ही बाहर परतदा है उस तो बाद फिर तो ओही हरकतां करनियां शुरू कर दिंदा है, जिस तो बाद परिवारिक मैंबरां दे वलों पुलिस मुलाजमां नूं कंप्लेंट कीती गई है। होर की कुछ जानकारी बाप ने सांझी कीती है, एक बार सुनदे हां। हां जी अपना रामजीत ਕਿਹੜੇ ਪਿੰਡ ਤੋਂ ਆ ਜੀ? ਗੁਲਾਬਗੜ ਜਗੀਰ। ਪਰ ਕੀ ਮਾਮਲਾ ਕੀ ਆ ਦੇਰ ਰਾਤ ਜਿਹੜਾ? ਮਾਮਲਾ ਕੁਛ ਨਹੀਂ ਜੀ, ਮੇਰਾ ਲੜਕਾ ਜਿਹੜਾ ਇਹ ਬਦਮਾਸ਼ੀ ਕਰਦਾ ਮੇਰੇ ਨਾਲ, ਬੰਦੇ ਲਿਆ 25-30 ਬੰਦੇ, ਤੇ ਤੋੜ ਫੋੜ ਕੀਤੀ, ਗੱਡੀ ਤੋੜਤੀ, ਮੇਰੇ ਭਰਾ ਦੇ ਘਰ ਤੇ ਹਮਲਾ ਕੀਤਾ ਬੜਾ ਜ਼ਬਰਦਸਤ ਰੱਖ ਕੇ। ਤੁਹਾਡੇ ਬੇਟੇ ਦਾ ਨਾਂ ਕੀ ਹੈ ਸਰ? ਮੇਰਾ ਨਾਮ ਮਨਿੰਦਰ ਮਾਲਿਆ ਜੀ। ਤੇ ਨਹੀਂ ਬੇਟੇ ਦਾ ਨਾਂ? ਬੇਟੇ ਦਾ ਨਾਂ ਜੀ ਮਨਿੰਦਰ ਮਾਲਿਆ। ਇਹ ਸ਼ਾਦੀ ਸ਼ੁਦਾ ਵਾ ਜਾਂ? ਨਹੀਂ ਕੁਆਰਾ ਹੀ ਹਾਲੇ। ਅੱਛਾ, ਕਿੰਨੀ ਦੇਰ ਤੋਂ ਇਹ ਨਸ਼ੇ ਪੱਤੇ ਕਰ ਰਹੇ ਆ? ਇਹ ਨਸ਼ੇ ਕਰਦਾ ਜੀ, ਮੈਂ ਛੜਾ ਕੇ ਲਿਆ ਇਹਨੂੰ 21 ਵਿੱਚ ਫਰੀਦਕੋਟ ਤੋਂ ਜੇਲ੍ਹ ਚੋਂ। ਹਾਂਜੀ, ਉਹਦਾ ਨਸ਼ੇ ਦੇ ਚੱਕ ਚ ਫੜਿਆ। ਜਿਹੜੀ ਅੱਜ ਤੋੜ ਭੰਨ ਕੀਤੀ ਗਈ ਹੈ, ਇਹ ਕਿਸ ਕਾਰਨ ਕੀਤੀ ਗਈ ਹੈ? ਕਿਸ ਕਾਰਨ? ਇਹ ਜ਼ਬਰਦਸਤੀ ਕਰਦਾ ਸੀ, ਮੈਂ ਮਨਾ ਕੀਤਾ ਵੀ ਤੂੰ ਜ਼ਬਰਦਸਤੀ ਨਾ ਕਰ, ਧੱਕਾ ਨਾ ਕਰ, ਮੈਂ ਮਰੀਜ਼ ਹਾਂ ਡਾਇਲਿਸਿਸ ਦਾ, ਤੇ ਤੂੰ ਇਹ ਕੰਮ ਨਾ ਕਰ। ਮੈਂ ਕਹਿ ਕੇ ਸਵੇਰੇ ਕਿਹਾ ਅੱਜ ਮੈਂ ਡਾਇਲਿਸਿਸ ਕਰਾਉਂਗਾ, ਇਹਨੂੰ ਪਿੱਛੇ ਕਰ ਥੋੜ੍ਹੀ ਪਾਤੀ, ਮੈਂ ਆ ਕੇ ਤੋੜਦੀ। ਇਹਦੇ ਬਾਅਦ ਬਦਮਾਸ਼ੀ ਕੀਤੀ, ਬੰਦੇ ਲਏ ਆਪਣੇ। ਕਿੰਨੇ ਵਿਅਕਤੀਆਂ ਨੇ ਆ ਕੇ ਤੋੜ ਭੰਨ ਕੀਤੀ? ਹੁਣੇ 20-25 ਬੰਦੇ ਹੋਣੇ ਆ ਜੀ। ਇਹ ਪਿੰਡ ਦੇ ਹੀ ਆ ਜਾਂ ਪਿੰਡੋਂ ਬਾਹਰੋਂ ਲਿਆਂਦੇ? ਬਾਹਰੋਂ ਲਿਆ ਬੰਦੇ, दूजे पासे जो दूसरे परिवारक मेंबर दे नाल गलबात कीती उन्होंने जानकारी सांझी करदे आ कहा कि इस लड़के नूं बेदखल कीता होया है, इस दे वलो आए दिन ही एहो जिहा घटिया सलूक कीता जांदा है, मारकुट कीती जांदी है, घर दी तोड़ फोड़ कीती जांदी है, ते अज ते हदा सारियां पार कर दित्तियां जांदियां ने। स्थानिक लोकां ने भी जदों इस मंजर नूं वेख्या ते उन्हां दी भी रूह कंप जांदी है, उन्हां ने भी इंसाफ दी मंग कीती है। एक बार रुक करदे आ परिवारिक मैंबर दे बयानां दा। जी अपना राम सरोवर है। सर केड़े पिंड तों आपां? पिंड कलावगढ़। ਸਰ ਮਾਮਲਾ ਕੀ ਆ ਦੇਰ ਰਾਤ ਜਿਹੜਾ ਮਤਲਬ ਕਿ ਤੋੜ ਭੰਨ ਹੋਈ ਹੈ? ਮਾਮਲਾ ਇਸ ਚੀਜ਼ ਦਾ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਹੈ ਅਤੇ ਸਾਡੇ ਭਰਾ ਦੂਜੇ ਦਾ ਹੈ, ਉਹਦੇ ਘਰ ਦੇ ਵਿੱਚ ਝਗੜਾ ਚੱਲ ਰਿਹਾ, ਉਹਦੇ ਮੁੰਡੇ ਨੇ ਉਹਦਾ ਗੇਟ ਵੀ ਕੰਧਾ ਢਾਹਤੀ, ਸਭ ਕੁਝ ਢਾਹਤਾ ਉਹਦੇ ਬਿਨਾਂ ਕਹਿਣ ਤੋਂ। ਮੁੰਡੇ ਨੂੰ ਉਹਨੇ ਆਪਣੇ ਨੂੰ ਬਦਖਲ ਕੀਤਾ, ਘਰਦਿਆਂ ਦੇ ਕੇਸ ਚੱਲਦੇ ਆ, ਅਤੇ ਹੁਣ ਜਾ ਕੇ ਧੱਕੇ ਦੇ ਨਾਲ ਨਵਾਂ ਗੇਟ ਲਾ ਕੇ ਕੰਧ ਢਾਹ ਕੇ ਸਭ ਕੁਝ ਕਰ ਲਿਆ, ਭਰਾ ਸਾਡੀਆਂ ਕਿਡਨੀਆਂ ਫੇਲ ਆ, ਔਰ ਜਿਹੜਾ ਹੋਸਪਿਟਲ ਰਹਿੰਦਾ ਕਿਸ਼ਮਰਾ ਸਿੰਘ ਅੱਜ ਵੀ ਡੈਲਸ ਕਰਾਉਣ ਗਿਆ ਸੀ, ਉਹਦੇ ਮਗਰੋਂ ਧੱਕੇ ਨੇ ਨਹੀਂ ਫੇਰ ਸਾਰਾ ਕੰਮ ਕੀਤਾ। ਤੁਹਾਡੇ ਬ੍ਰਦਰ ਦਾ ਨਾਂ ਕੀ ਹੈ ਸਰ? ਰਾਮਜੀਤ। ਹਾਂਜੀ ਰਾਮਜੀਤ। ਤੇ ਉਹ ਵੀ ਇੱਥੇ ਦਾ ਵਸਨੀਕ ਆ? ਹਾਂਜੀ ਉਹ ਘਰ ਹੁੰਦਾ ਉੱਧਰ। ਹਾਂਜੀ ਫੋਨ ਆ ਕੇ ਦੇਖਿਆ ਕਿ ਨਹੀਂ ਸਭ ਕੁਝ ਫੇਰ ਰੋਕਣ ਦੇ ਬਾਵਜੂਦ ਪਾਤਾ, ਅਤੇ ਉਹਨ ਆ ਕੇ ਉਹ ਥੜੀ ਢਾਈ ਆ ਅਤੇ ਆ ਕੇ ਤੋੜ ਭੰਨ ਉਹਨੇ ਕਿਹਨੇ ਕੀਤੀ ਹੈ ਜੀ? ਕਿਹੜੀ ਜਿਹੜੀ ਉਹਦੇ ਤੋੜ ਭੰਨ ਹੋਈ ਆ? ਉਹ ਸਾਡੇ ਛੋਟੇ ਭਰਾ ਨੇ ਆਪ ਆ ਕੇ ਕੀਤੀ ਆ ਕਿ ਤੂੰ ਮੇਰੇ ਕਹਿਣ ਤੋਂ ਬਿਨਾਂ, ਮੈਂ ਘਰ ਮਾਲਕ ਮੈਂ ਹਾਂ, ਕਿ ਤੂੰ ਮੈਂ ਸਵੇਰ ਤੋਂ ਕਹਿ ਕੇ ਆ ਕੇ ਪਾਵਾਂਗੇ ਤੂੰ ਕਿਉਂ ਪਾਈ? ਉਹਨੂੰ ਬੰਦੇ ਦੀ ਚੁੱਕ ਤੋਣ ਕਰਕੇ ਹੁਣ ਉਹ ਪਾਤੀ, ਹੁਣ ਉਹ ਬੰਦੇ ਸੱਦ ਲਿਆ 30-40 ਆ ਕੇ ਮੇਰੇ ਘਰ 'ਤੇ ਹਮਲਾ ਕੀਤਾ। ਅਤੇ ਕਿੰਨੇ ਵਿਅਕਤੀ ਸੀਗੇ ਜੀ ਜਿਹਨਾਂ ਨੇ ਹਮਲੇ ਕੀਤੇ? 30-40 ਹੈ। ਕੋਈ ਪਹਿਚਾਣ ਦੇ ਵਿੱਚ ਹੈ ਬੰਦੇ? ਨਹੀਂ, ਅੱਜ ਤਾਂ ਕੁੰਡੇ ਲਾ ਕੇ ਬਚੇ ਹੈ, ਆਹ ਦੇਖੋ ਬਾਹਰੋਂ ਕੀ ਕਹੀ ਉਸ ਕੀਤਾ, ਉਹ ਤਾਂ ਇੱਕ ਅਸੀਂ ਕੁੰਡੇ ਅੰਦਰੋਂ ਦਾਦਾ ਵੜ ਗਏ ਅੰਦਰ, 4-5 ਜਣੇ ਸੀਗੇ ਘਰ ਦੇ,
ਅੰਦਰ ਭਰ ਗਿਆ ਕਰਕੇ ਭੱਜ ਗਏ ਤਾਂ ਉਹਦੇ ਬੰਦੇ ਪੂਰੇ ਲੈ ਗਏ ਉਦੋਂ ਅਸੀਂ ਬਾਹਰ ਸਾਨੂੰ ਗਾਲਾਂ ਸਭ ਕੁਛ ਕਰ ਗਏ ਗਲਾਸੇ ਸਭ ਕੁਛ ਆ ਤਾਕੀਆਂ ਦਰਵਾਜ਼ੇ ਸਭ ਕੁਛ ਭੰਨ ਗਏ ਬੈਠੇ ਰੋਟੀ ਖਾ ਰਹੇ ਸੀ ਸਰ ਇਹ ਲੜਾਈ ਦਾ ਕਾਰਨ ਕੀ ਹੈ ਮੇਨ ਕਾਰਨ ਛੋਟੇ ਦੇ ਘਰ ਦਾ ਜੋ ਮਸਲਾ ਆ ਉਹ ਛੋਟੇ ਦਾ ਮੁੰਡਾ ਜਿਹੜਾ ਨਸ਼ੇ ਵੇਚਦਾ ਸਭ ਕੁਛ ਕਰਦਾ ਅੱਗੇ ਉਹ ਜਮਾਤ ਦੇ ਛੁਡਾ ਕੇ ਵੀ ਲਿਆ ਉਹ ਉਹਨੂੰ ਭਰਾ ਨੂੰ ਬਾਹਰ ਕੱਢ ਕੇ ਅਤੇ ਉਹ ਘਰ ਕਬਜ਼ਾ ਕਰਨਾ ਚਾਹੁੰਦੇ ਆ ਅਤੇ ਇਸ ਮਾਮਲੇ ਦੀ ਪੁਲਿਸ ਕੰਪਲੇਂਟ ਕੀਤੀ ਸਰ ਅਸੀਂ 6 ਵਜੇ ਤੱਕ 3 ਦਿਨ ਹੋ ਗਏ ਸਾਨੂੰ ਕੰਪਲੇਂਟ ਕਰਦਿਆਂ ਨੂੰ ਝਗੜਾ ਹੋ ਜਾਣਾ ਤੁਸੀਂ ਆ ਕੇ ਮੌਕਾ ਦੇਖੋ ਕੋਈ ਨੀ ਸੁਣੀ ਅਸੀਂ ਫੇਰ ਸਾਨੂੰ ਟਾਈਮ ਦਿੱਤਾ 10:30 ਵਜੇ ਦਾ ਕਿ 10:30 ਵਜੇ ਅਸੀਂ ਸਵੇਰ ਨੂੰ ਥਾਣੇ ਤੋਂ ਆਵਾਂਗੇ ਤੁਸੀਂ ਆਓ ਜਿਹੜੇ ਵਿਅਕਤੀਆਂ ਨੇ ਹਮਲਾ ਕੀਤੇ ਆ ਉਹ ਬਾਹਰਲੇ ਆ ਜਾਂ ਪਿੰਡ ਦੇ ਹੀ ਆ ਬਾਹਰਲੇ ਆ ਹਾਂਜੀ ਅਸੀਂ ਬਾਹਰ ਹੀ ਨਿਕਲੇ ਅਸੀਂ ਕੋਈ ਕੈਮਰੇ 'ਚ ਹੈ ਨਹੀਂ ਸਾਡੇ ਉਹ ਕੈਮਰਾ ਉੱਥੇ ਲੱਗਾ ਉਹਨਾਂ ਦੇ ਕੋਲ ਪਿੱਛੋਂ ਸੜਕ 'ਤੇ ਹੁਣ ਇਹ ਨਹੀਂ ਪਤਾ ਨਹੀਂ ਬੰਦ ਕਰਕੇ ਕੰਮ ਕੀਤਾ ਕਿੱਦਾਂ ਕੀਤੀ ਇਹ ਸਵੇਰ ਨੂੰ ਦੇਖਿਆ ਜੀ ਆਪਾਂ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ ਅਸੀਂ ਤਾਂ ਇਹ ਮੰਗ ਕਰਦੇ ਕਿ ਸਾਡੀ 3 ਦਿਨ ਪਹਿਲਾਂ ਪੁਲਿਸ ਨੇ ਸੁਣੀ ਨਹੀਂ ਹੈ ਦੂਜਾ ਸਾਡਾ ਘਰ ਵੀ ਤੋੜ ਦਿੱਤਾ 3 ਘੰਟੇ ਬਾਅਦ ਪੁਲਿਸ ਆਈ ਆ 8:30-9 ਵਜੇ ਦਾ ਟਾਈਮ ਸੀ ਜਦ ਇਹ ਹਮਲਾ ਹੋਇਆ ਅਤੇ ਪੁਲਿਸ ਹੁਣ ਪਹੁੰਚੀ ਆ ਹੁਣ ਟਾਈਮ ਦੇਖ ਲਓ ਕਿ ਤਕਰੀਬਨ 11 ਵਜਣ ਵਾਲੇ ਆ ਉਹ ਵੀ ਦੁਬਾਰਾ ਟੈਲੀਫੋਨ ਕਰਨ ਦੇ ਬਾਵਜੂਦ ਇੰਨਾ ਅਸੀਂ ਪਰੇਸ਼ਾਨ ਹੋ ਗਏ ਤਕਰੀਬਨ 100 ਕਾਲ ਅਸੀਂ ਕਰ ਦਿੱਤੀ ਆ ਮੁੜ ਕੇ ਇਹੀ ਕਹੀ ਜਾਂਦੇ ਕਿ ਤੁਸੀਂ ਕਾਲ ਨਾ ਕਰੋ ਸਵੇਰ ਨੂੰ ਗੱਲ ਕਰਾਂਗੇ ਇਹ ਨਹੀਂ ਸਾਨੂੰ ਹਿਸਾਬ ਕਿਤਾਬ ਲੱਗਾ ਪਤਾ ਕਿ 112 'ਤੇ ਵੀ ਇੰਨਾ ਚਿਰ ਟੈਲੀਫੋਨ 'ਤੇ ਟੈਲੀਫੋਨ ਚੱਲ ਰਿਹਾ ਸਾਰੀਆਂ ਕਾਲਾਂ ਅਸੀਂ ਕਰ ਰਹੇ ਹਾਂ ਨਿਆਣੇ ਅੰਦਰ ਆ ਇੱਕ ਪੋਤਾ ਮੇਰਾ 2 ਦੋਤੀਆਂ 1 ਸਾਲ ਦੀ 1.5 ਸਾਲ ਦੀ ਆ 1 6 ਮਹੀਨੇ ਦੀ ਆ ਪੋਤਾ ਮੇਰਾ 1 ਸਾਲ ਦਾ ਅਸੀਂ ਨਿਆਣੇ ਵੀ ਲੈ ਕੇ ਅੰਦਰ ਬੜੇ ਹੋ ਬਾਹਰੋਂ ਸਾਡੇ ਭੰਨ ਤੋੜ ਕਰਕੇ ਬਾਹਰੋਂ ਸਾਨੂੰ ਕੁੰਡੇ ਲਾ ਕੇ ਚਲੇ ਗਏ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਜਾਂਚ ਅਧਿਕਾਰੀ ਤੱਕ ਇਹ ਮਾਮਲਾ ਪਹੁੰਚਦਾ ਹੈ ਉਹਨਾਂ ਦੇ ਮੁਤਾਬਿਕ ਦੋਵੇਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਏਗੀ ਤੇ ਜੋ ਬਣਦੀ ਕਾਰਵਾਈ ਹੈ ਉਹ ਆਰੋਪੀ ਦੇ ਖਿਲਾਫ ਕੀਤੀ ਜਾਏਗੀ ਮਾਂ ਜੀ ਇੱਥੇ ਪਰਿਵਾਰਕ ਲੜਾਈ ਸੀਗੀ ਹਾਂਜੀ ਤੇ ਇਹਨਾਂ ਨੂੰ ਸਵੇਰ ਦਾ ਟਾਈਮ ਦੇ ਦਿੱਤਾ ਵਾ ਕਿੰਨੇ ਵਜੇ ਟਾਈਮ ਦਿੱਤਾ ਸਰ ਇਹਨਾਂ ਨੂੰ 10 ਵਜੇ ਦਾ ਤੇ ਲੜਾਈ ਦਾ ਕਾਰਨ ਕੀ ਹੈ ਜੀ ਸਰ ਇਹਨਾਂ ਦਾ ਘਰੇਲੂ ਮਸਲਾ ਜੀ ਪਿਓ ਪੁੱਤ ਦਾ ਘਰੇਲੂ ਮਸਲਾ ਤੇ ਨਾਮ ਵਗੈਰਾ ਹੈ ਇਹਨਾਂ ਦੇ ਹਾਂਜੀ ਨਾਂ ਲਿਖੇ ਡੈਰੀ ਤੇ ਲਿਖੇ ਨਾਂ ਹਾਂਜੀ 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 ਫਗਵਾੜਾ ਤੋਂ ਯਸ਼ ਸ਼ਰਮਾ ਦੀ ਖਾਸ ਰਿਪੋਰਟ